ਬੇਨਤੀ ਬਈ ਜਿਹਨਾਂ ਜਿਹਨਾਂ ਦੇ ਨਾਮ ਅਨਾਊਂਸ ਕੀਤੇ ਗਏ ਆ, ਜਿਹਨਾਂ ਨੂੰ ਸਨਮਾਨ ਚਿੰਨ੍ਹ ਦੇਣਾ, ਕਿਰਪਾ ਕਰਕੇ ਉਹ ਆਪਣੇ ਸਨਮਾਨ ਚਿੰਨ੍ਹ ਲੈ ਲੈਣ ਤੇ ਨਾਲ ਹੀ ਮਾਲੇ ਕਲਾਂ ਦੀ ਟੀਮ ਨੂੰ ਬੇਨਤੀ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਓ। ਮਾਲਾ ਕਲਾਂ ਇਹਨਾਂ ਟੀਮਾਂ ਨੂੰ ਬੇਨਤੀ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਓ। ਅਗਲੀਆਂ ਕਬੱਡੀਆਂ ਮੇਰਾ ਬੜਾ ਵੀਰ ਦਿਲਬਾਗ ਗੱਜਣ ਵਾਲਾ ਜੋ ਇਸ ਸਾਲ ਕੈਨੇਡਾ ਦੀ ਧਰਤੀ ਤੇ ਵੀ ਜਾ ਰਿਹਾ ਹੈ, ਅਸੀਂ ਤਾਂ ਬਾਈ ਗਗਨ ਵਰਗੇ ਨੇ ਅੱਜ ਬਚਾਤਾ ਹੈਪੀ ਵਰਗੇ ਨੇ। ਹੈਲੋ ਲਓ ਵੀ ਬਾਲੇ ਜੱਫੇ ਤੇ ਮੰਗੀ ਕਲੇਅਰ ਵੱਲੋਂ ਪਹਿਲਾਂ ਹੀ ਅਨਾਊਂਸ ਕਰਾ ਦਿੱਤਾ ਵੀ 100 ਰੁਪਏ ਦਾ ਨਾਮ ਮੰਗੀ ਕਲੇਅਰ ਜੀ ਇਹਨਾਂ ਵੱਲੋਂ। ਇਧਰ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਵੀ ਜਿਹੜਾ ਫਾਈਨਲ ਮੈਚ ਉਹ 100 ਪਵਾ ਕੇ ਖੜਾਇਆ ਜਾਵੇਗਾ ਜੀ, ਕਿਉਂਕਿ 41,000 ਤੇ 31,000 ਪ੍ਰਾਈਜ ਹੈ, ਬੈਸਟ ਰੇਟਰ ਤੇ ਜਾਫੀਆਂ ਦੇ ਲਈ 5,100 ਰੁਪਏ ਹੈ। ਤਾੜੀਆਂ ਮਾਰਦੇ ਹੁਣ ਤਾਂ ਫਿਰ ਪੂਰਾ ਫਸਮਾ ਮੈਂ ਤੁਹਾਨੂੰ ਦਿਖਾਵਾਂਗੇ, ਕੋਈ ਗੱਲ ਨੀ ਤੁਹਾਡਾ ਮੁੱਲ ਪਾਵਾਂਗੇ। ਸੋ 100 ਖਵਾਈ ਜਾਣੀ ਆ ਪੂਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਹੈ। ਸੋ ਅਗਲੀ ਕਮੈਂਟਰੀ ਦਿਲਬਾਗ ਗੱਜਣ ਵਾਲੇ ਕਰੇਗਾ। ਮੈਂ ਤੁਹਾਡਾ ਛੋਟਾ ਵੀਰ ਸਾਰੇ ਜਾਣਦੇ ਹੋ ਤਕਰੀਬਨ, ਨਾ ਕੁਲਦੀਪ ਸ਼ਰਮਾ, ਪਿਓ ਦਾ ਨਾਂ ਧਰਮਾ, ਦਾਦੇ ਨਾਂ ਤਾਰਾ ਚੰਦ, ਤਾਏ ਨਾਂ ਬਰਮਾਨੰਦ, ਇੱਕ ਤਾਇਆ ਬਿਰਜਲਾਲ, ਇੱਕ ਲੇਖਾ, ਇੱਕ ਦੀ ਟੈਰਾਂ ਦੀ ਦੁਕਾਨ ਆ, ਇੱਕ ਦਾ ਠੇਕਾ, ਤੇ ਨਿੱਕੀ ਜੀ ਮੇਰੀ ਕੁੜੀ ਆ ਜੀ ਨਿੱਤ ਪੜਾਉਣ ਦੀ ਅਸੀਂ ਕਰਦੇ ਤਿਆਰੀ ਆ। ਅੱਗੇ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ, ਮੇਰੀ ਵਹੁਟੀ ਦਾ ਫੇਰ ਪੈਰ ਭਾਰੀ ਆ। ਤਾੜੀ ਮਾਰ ਦੋ ਜੀ ਸ਼ਰਮਾ ਜੀ ਨਾਲ, ਤੇ ਪੂਰਾ ਡਰੈਸ ਜਿਹੜਾ ਇਹਨੇ ਸੀ ਤੁਹਾਨੂੰ ਦੱਸਤਾ ਹੈ, ਦਿਲਬਾਗ ਗੱਜਣ ਵਾਲਾ। ਬਸ ਟੱਬਰ ਵੀ ਛੋਟਾ ਜਿਹਾ, ਕਹਿੰਦਾ 5-7 ਬੱਚੇ ਹੈ, ਇੱਕ ਦੀ ਪੈਂਚਰਾਂ ਦੀ ਦੁਕਾਨ ਦਾ, ਇੱਕ ਕਾਲੇ ਕੱਛਿਆਂ ਦਾ ਕੰਮ ਕਰਦਾ, ਇੱਕ ਡਾਕੇ ਮਾਰਦਾ ਹੈ, ਔਰ ਇੱਕ ਦਾ ਕਹਿੰਦੇ ਪੈਂਚਰ ਲਾਉਂਦਾ ਹੈ, ਔਰ ਇੱਕ ਕਾਲੇ ਕੱਛਿਆਂ ਦਾ ਸਰਦਾਰ ਆ, ਕਹਿੰਦਾ ਰਲਾ ਮਿਲਾ ਕੇ 35-40 ਬਣਦੇ ਆਪਣਾ ਛੋਟਾ ਜਿਹਾ ਆਹੀ ਪਰਿਵਾਰ ਆ। ਹਾਂ ਬਸ ਸਾਰੀ ਗਿਣਤੀ ਕਰਾ ਗਾ ਤੁਹਾਨੂੰ। ਤਰਸੇਮ ਸਿੰਘ ਜੀ ਜੈਦਕਾ ਉਹਨਾਂ ਨੂੰ ਵੀ ਮੁਬਾਰਕਬਾਦ ਹੈ। ਇਧਰ ਮੋਗੇ ਦੀ ਕਬੱਡੀ ਟੀਮ ਦੇ ਜੋ ਕੋਚ ਨੇ ਅੱਜ ਦੇ, ਅੱਜ ਉਹਨਾਂ ਦੀ ਟੀਮ ਜਿਹੜੀ ਸੈਕਿੰਡ ਨੰਬਰ ਤੇ ਰਹੀ ਹੈ, ਤਰਸੇਮ ਸਿੰਘ ਜੀ ਜੈਦਕਾ ਮੂਵ ਸਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਦੀ ਕਰ ਦਿਓ ਜੀ ਮੂਵ ਸਪਰੇ। ਇਧਰ ਸੁਖ ਹਰਦਾਸਾ ਇੰਟਰਨੈਸ਼ਨਲ ਕਬੱਡੀ ਪਲੇਅਰ, ਇਸ ਖਿਡਾਰੀ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੁਖ ਹਰਦਾਸੇ ਵਾਲਾ। ਹੈਲੋ ਬਾਈ, ਗਰਾਊਂਡ ਦੇ ਵਿੱਚੋਂ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚੋਂ ਸਾਈਡ ਤੇ ਹੋ ਜਾਓ। ਦਰਸ਼ਕ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗਰਾਊਂਡ ਤੋਂ ਸਾਈਡ ਤੇ ਹੋ ਜਾਓ ਜੀ, ਉਹਨਾਂ ਚਿਰ ਮੈਚ ਨਹੀਂ ਚੱਲਣਾ ਜਿੰਨਾ ਚਿਰ ਤੁਸੀਂ ਗਰਾਊਂਡ 'ਚ ਗੇੜੇ ਕੱਢੀ ਜਾਂਦੇ ਆ। ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਗਰਾਊਂਡ ਤੋਂ ਸਾਈਡ ਤੇ ਹੋ ਜਾਓ। ਹਾਂਜੀ, ਔਰ ਸਾਡੇ ਨਾਲ ਜਿਹੜੀ ਸਾਡੀ, ਤੁਹਾਨੂੰ ਪਤਾ ਵੀ ਕੈਨੇਡਾ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਹੁਣ ਦਿਨ ਚੜ ਗਿਆ ਤੇ ਆਪਣੇ ਤੁਹਾਨੂੰ ਪਤਾ ਵੀ ਹੁਣ ਰਾਤ ਪੈਣ ਵਾਲੀ ਗੱਲ ਹੈ, ਉਹ ਤਾਂ ਉੱਠ ਖੜੇ ਹੁਣ ਸਾਰੇ ਵੀ ਮੈਚ ਵੇਖਣ ਲੱਗ ਗਏ ਨੇ। ਫਿਰ ਦੁਬਾਰਾ ਜਿੰਨੇ ਵੀ NRI ਵੀ ਸਾਡੇ ਖੇਡ ਪ੍ਰਮੋਟਰ ਦਰਿੰਦਰ ਧਾਨਾ ਜੀ ਵੈਰੋਕੇ, ਔਰ ਸਾਡੇ ਵੀਰ ਸੋਨੀ ਸਵਾਦੀ ਸੋਨੀ ਗੌਧਰ, ਔਰ ਨਾਲ ਹੀ ਸਾਡਾ ਵੀਰ ਔਰ ਵਿਖਦੇ ਵੀ ਹਰਜਿੰਦਰ ਸਿੰਘ ਜੀ ਜਿੰਦੀ ਕੈਨੇਡਾ ਤੋਂ, ਔਰ ਪਿੰਦੀ ਨੰਬਰਦਾਰ ਸਾਰੇ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣਦੇ, ਪਰਮਿੰਦਰ USA ਹੋਣੀ,
ਔਰ ਸਾਰੇ ਦਿਲਾਂ ਦਾ ਬਹੁਤ ਧੰਨਵਾਦ ਰਣਜੋਤ ਸਿੰਘ ਜੀ ਯੋਧਾ ਖੋਟੇ ਜਿਹਨਾਂ ਨੇ ਵੱਡਾ ਮਾਨ ਆਲਮਰੀਏ ਬੂਟੇ ਤੇ ਸਾਡੇ ਲਈ ਦੇਣਾ ਹੈ ਦੱਸ ਲਈ ਨਿਰਮਲ ਲੰਘਿਆਣਾ ਔਰ ਨਾਲ ਹੀ ਬਲਦੇਵ ਸਿੰਘ ਜੀ ਐਡਵੈਂਚਰ ਦੇ ਵਿੱਚ ਬੈਠੇ ਜਾਣ ਵਾਲੀ ਹੈ ਜੀ ਹੈਲੋ ਲਵ ਇੱਕ ਗੱਲ ਯਾਦ ਆ ਗਈ ਥੋੜੀ ਜਿਹੀ ਗੱਲ ਸਾਂਝੀ ਕਰਨੀ ਹੈ ਮੇਰੇ ਗੱਲ ਕੱਲ ਥੋੜਾ ਅਟੈਕ ਕੀਤਾ ਸੀ ਇਹਨੇ ਤੇ ਉਹ ਗੱਲ ਇਸ ਤਰ੍ਹਾਂ ਵੀ ਪਿੱਛੇ ਮਾੜੀ ਦਾ ਟੂਰਨਾਮੈਂਟ ਹੋਇਆ ਉਦੋਂ ਪਹਿਲਾਂ ਸਮਾਧ ਬਾਈ ਟੂਰਨਾਮੈਂਟ ਸੀ ਇਹਨੇ ਉੱਥੇ ਆਉਣਾ ਸੀਗਾ ਤੇ ਆਇਆ ਨੀ ਮਾੜੀ ਆ ਗਿਆ ਮੈਂ ਇਹਨੂੰ ਪੁੱਛਿਆ ਬਾਈ ਕੀ ਗੱਲ ਹੋ ਗਈ ਤੂੰ ਸਮਾਧ ਭਾਈ ਨੇ ਆਇਆ ਕਹਿੰਦਾ ਯਾਰ ਬਾਈ ਗੱਲ ਕੀ ਹੋਣੀ ਆ ਸਾਡੇ ਗਵਾਂਢੀਆਂ ਦੇ ਘਰੇ ਕਾਲੇ ਕੱਛਿਆਂ ਵਾਲੇ ਆ ਗਏ ਬਾਈ ਫੋਟੋਗ੍ਰਾਫਰ ਵੀਰ ਨੂੰ ਬੇਨਤੀ ਹੈ ਬੈਠ ਜਾਓ ਜੀ ਮੂਵੀ ਵਾਲਾ ਵੀ ਸੁਣ ਲੈ ਅੱਛਾ ਮੈਂ ਕਿਹਾ ਫੇਰ ਬਾਈ ਕਾਲੇ ਕੱਛੇ ਹਜੋ ਨੰਬਰਦਾਰ ਸਾਹਿਬ ਇੱਕ ਮਿੰਟ ਕਹਿੰਦਾ ਸਾਡੇ ਗਵਾਂਢ ਆ ਗਏ ਕਾਲੇ ਕੱਛਿਆਂ ਵਾਲੇ ਕਿੱਧਰ ਗਿਆ ਅੱਛਾ ਚੱਲ ਤੇਰੇ ਕੋਲ ਕਾਲੇ ਕੱਛਿਆਂ ਵਾਲੇ ਆ ਗਏ ਕਹਿੰਦਾ ਮੈਂ ਕਿਹਾ ਫੇਰ ਕਹਿੰਦਾ ਅਸੀਂ ਸਾਰਾ ਟੱਬਰ ਗਏ ਤੇ ਕਾਲੇ ਕੱਛਿਆਂ ਵਾਲੇ ਫੜ ਲਏ ਤੇ ਮੈਂ ਕਿਹਾ ਪਰ ਤੂੰ ਸਮਾਧ ਕਾਹਦੋਂ ਨੀ ਆਇਆ ਕਹਿੰਦਾ ਯਾਰ ਦੂਜੇ ਦਿਨ ਸਾਡੇ ਘਰੇ ਆ ਗਏ ਤੇ ਮੈਂ ਕਿਹਾ ਪਤੰਦਰਾ ਜਦੋਂ ਗਵਾਂਢੀਆਂ ਦੇ ਘਰੇ ਜਾ ਕੇ ਫੜ ਲਏ ਸੀ ਫਿਰ ਆਪਦੇ ਘਰੇ ਤਾਂ ਫੜਨੇ ਸੌਖੇ ਹੀ ਆ ਕਹਿੰਦਾ ਫੜ ਤਾਂ ਅਸੀਂ ਲੈਂਦੇ ਸੀ ਤਾਂ ਰਜਾਈਆਂ ਨੱਪ ਕੇ ਸੋ ਗਏ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਸਾਡੇ ਪਤੰਦਰ ਬਿਨਾਂ ਕੱਛਾਂ ਤੋਂ ਹੀ ਆ ਗਏ ਵਾਜੀ ਮਾਰੋ ਤਾੜੀਆਂ ਦੀ ਗੱਲ ਸੱਚੀ ਆ ਮੈਂ ਤਾਂ ਹੀ ਟੂਰਨਾਮੈਂਟ 'ਚ ਪਹੁੰਚਿਆ ਗਿਆ ਸੀਗਾ ਕਾਲੇ ਕੱਛਿਆਂ ਵਾਲੇ ਉਹ ਤਾਂ ਮੇਰੇ ਘਰ ਵਾਲੀ ਬੜੀ ਟਾਇਟ ਆ ਮੈਂ ਕਿਹਾ ਵੀ ਗੱਲ ਬੜੀ ਤੂੰ ਤੂੰ ਰੌਲਾ ਕਿਉਂ ਨਹੀਂ ਪਾਇਆਗਾ ਵੀ ਇੰਨੇ ਜਦੋਂ ਕਾਲੇ ਕੱਛਿਆਂ ਦੇ ਘਰੇ ਆਏ ਤੇ ਤੂੰ ਰੌਲਾ ਨਹੀਂ ਪਾਇਆ ਕਹਿੰਦੀ ਰੌਲਾ ਪਾਵਾਂਗੀ ਆ ਮੈਂ ਤਾਂ ਰਜਾਈ ਤੋਂ ਆਵਾਂ ਮੂੰਹ 'ਚ ਵੀ ਕੱਢਿਆ ਕਦੇ ਇੱਕ ਵਾਰੀ ਮਾੜਾ ਜਿਹਾ ਵੇਖਿਆ ਵੀ ਇਹ ਤਾਂ ਗੱਲ ਹੀ ਬਿਨਾਂ ਕੱਛਿਆਂ ਦੇ ਤੁਰੇ ਫਿਰਦੇ ਜਾਏ ਵੱਡੇ ਦੀ ਗੱਲ ਕਾਲੇ ਕੱਛਿਆਂ ਦੀ ਕਾਲੇ ਕੱਛਿਆਂ ਵਾਲੇ ਰਾਤੀ ਨਵਾਂ ਚੰਦ ਚਾੜ ਕੇ ਬੰਤੇ ਬੁੜੀ ਦੀ ਅੱਖੇ ਬੂਰੀ ਮਹਿੰਦਾ ਕੱਟਾ ਮਾਰ ਗਏ ਸੰਤੋ ਬੁੜੀ ਦੀ ਪੰਜੀਰੀ ਛੱਕ ਗਏ ਤੇ ਬੰਤੇ ਬੁੜੇ ਦਾ ਮੰਜਾ ਸਿਵਿਆ 'ਚ ਧਰ ਗਏ ਇਹਨਾਂ ਦੇ ਕੰਮ ਪੁੱਤੇ ਸਿੱਧੇ ਕੀਤੇ 96-97 ਵਿੱਚ ਕਹਿੰਦੇ ਵੀ ਬੜਾ ਪਹਿਲ ਕੰਮ ਚਾਇਆ ਸੀ ਟੀਮਾਂ ਆ ਕੇ ਦੋ ਟੀਮਾਂ ਮੈਚ ਸ਼ੁਰੂ ਕਰ ਦਿਓ ਕਿਉਂਕਿ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਔਰ 100 ਰੁਪਿਆ ਸਾਡੇ ਗੁਰਜੀਤ ਰੈਫਰੀ ਲਈ ਔਰ ਭਗਤਾ ਮੈਂਡ ਕੰਪਨੀ ਵਾਲੇ ਅਜੇ ਕੁਮਾਰ ਜੀ ਬਹੁਤ ਸਾਰਾ ਮਾਨ ਬਹੁਤ ਸਾਰਾ ਪਿਆਰ ਇਹਨਾਂ ਨੇ ਸਾਡੇ ਰੈਫਰੀ ਬਾਈ ਗੁਰਜੀਤ ਲੰਘਣ ਦਿੱਤਾ ਜੀ ਔਰ ਖਿਡਾਰੀਆਂ ਦੇ ਵੱਡੇ ਮਾਨ ਕੀਤੇ ਆ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਾਰੇ ਵੀਰਾਂ ਦਾ ਔਰ ਜਿਹਨਾਂ ਨੇ ਵੱਡੇ ਮਾਨ ਕੀਤੇ ਆ ਖਿਡਾਰੀਆਂ ਦੇ ਰੈਫਰੀਆਂ ਦੇ ਕਮੈਂਟੇਟਰਾਂ ਦੇ ਔਰ ਸਮੁੱਚੀ ਕਲੱਬ ਨੂੰ ਮੁਬਾਰਕਬਾਦ ਆ ਜੀ ਅਕਾਲ ਸਰ ਯੂਥ ਕਲੱਬ ਦੇ ਸਾਰੇ ਨੁਮਾਇੰਦਿਆਂ ਨੂੰ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਬਾਦ ਅੱਜ ਦੇ ਇਸ ਕਬੱਡੀ ਕੱਪ ਦੀ ਹੈ ਲਓ ਮਿੱਤਰੋ ਆਪਾਂ ਫਾਈਨਲ ਮੈਚ ਦੇਖਣ ਜਾ ਰਹੇ ਦਰਸ਼ਕ ਵੀਰੋ ਜੋ ਸੁਬਾਹ ਤੋਂ ਲੈ ਕੇ ਕਬੱਡੀਆਂ ਦਾ ਆਨੰਦ ਮਾਣਿਆ ਏ ਚੜ੍ਹਦੇ ਸੂਰਜ ਦੀ ਕਬੱਡੀਆਂ ਦੇਖੀਆਂ ਤੇ ਗੱਲ ਢਲਦੇ ਸੂਰਜ ਦੀ ਹੋ ਗਈ ਹੈ ਸ਼ਾਮਾਂ ਢਲ ਗਈਆਂ ਏ ਕਹਿੰਦੇ ਆਥਣੇ ਮੇਰੀ ਏ ਸਾਥਣੇ ਨੀ ਜ਼ਿੰਦਗੀ ਦੇ ਵਰ ਕੇ ਚਿੱਟੇ ਨੀ ਪਾਜਾ ਰੰਗ ਦੇ ਚਾਰ ਛਿੱਟੇ ਨੀ ਆਥਣੇ ਮੇਰੀ ਏ ਸਾਥਣੇ ਨੀ ਜ਼ਿੰਦਗੀ ਦੇ ਵਰ ਕੇ ਚਿੱਟੇ ਨੀ ਪਾਜਾ ਰੰਗ ਦੇ ਚਾਰ ਛਿੱਟੇ ਨੀ ਸ਼ਾਮਾਂ ਢਲ ਗਈਆਂ ਏ ਚੜ੍ਹਦੇ ਸੂਰਜ ਦੀਆਂ ਕਬੱਡੀਆਂ ਦੇਖੀਆਂ ਕੱਲੇ ਕੱਲੇ ਕਬੱਡੀ ਨੂੰ ਕੱਲੇ ਕੱਲੇ ਜਫੇ ਨੂੰ ਕੈਚ ਕੀਤਾ ਆਪਣੇ ਕੈਮਰੇ ਦੀ ਅੱਖ ਵਿੱਚ ਸੂਦ ਡਿਜੀਟਲ ਸਟੂਡੀਓ ਔਰ ਮੋਗੇ ਵਾਲਿਆਂ ਨੇ ਹਰ ਖੁਸ਼ੀ ਦੇ ਮੌਕੇ ਤੇ ਆਪਾਂ ਇਹਨਾਂ ਨੂੰ ਵੀ ਚੇਤੇ ਰੱਖਾਂਗੇ ਨਾਲ ਹੀ ਧਾਲੀਵਾਲ ਟੈਂਟ ਹਾਊਸ ਲੰਡੇ ਅਮਰਾ ਉਮਰੀਆਣਾ ਕਬੱਡੀ ਸਾਊਂਡ ਸਰ
ਸਾਢੇ 10 ਜਾਂ 11 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਮੁਕਾਬਲਾ ਜਿੱਤ ਜੂਗੀ ਜੀ। ਨੋਟ ਕਰੋ, ਸਾਢੇ 10 ਜਾਂ 11 ਪੁਆਇੰਟ ਦੋਨੋਂ ਹੀ ਮੋਗੇ ਜ਼ਿਲ੍ਹੇ ਦੀਆਂ ਟੀਮਾਂ ਹੈ। ਭਾਵੇਂ ਆਪਣੇ ਕੋਲ ਜ਼ਿਲ੍ਹਾ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਔਰ ਫਿਰੋਜ਼ਪੁਰ ਲੁਧਿਆਣੇ ਦੀਆਂ ਟੀਮਾਂ ਪੁੱਜੀਆਂ, ਪਰ ਇਹ ਦੋਨੋਂ ਟੀਮਾਂ ਆਪਣੇ ਮੋਗੇ ਜ਼ਿਲ੍ਹੇ ਦੀਆਂ ਹੈ। ਮੱਲਾ ਕਲਾਂ ਪਿੰਡ ਜਿਹੜਾ ਆਪਣੇ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ, ਮੁਦਕੀ 3 ਕਿਲੋਮੀਟਰ ਦੇ ਅੱਗੇ ਜਾ ਕੇ ਜ਼ਿਲ੍ਹਾ ਫਿਰੋਜ਼ਪੁਰ ਚਾਲੂ ਹੋ ਜਾਂਦਾ ਹੈ। ਮੱਲੇ ਕਲਾਂ ਦਾ ਮੱਲਾ ਕਲਾਂ ਪਿੰਡ ਜਿਹੜਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਵੱਡਾ ਨਾਂ ਸਦਾਕੀ ਸਿੰਘ ਨੇ, ਮੱਲਾ ਦਾ ਲਾਸਟ ਪਿੰਡ ਆਪਣੇ ਮੋਗੇ ਜ਼ਿਲ੍ਹੇ ਦਾ। ਜਦੋਂ ਮੁੱਦ ਬਾਗੇ ਪਿੰਡ ਤੋਂ ਮੁਦਕੀ ਨੂੰ ਜਾਵਾਂਗੇ ਤਾਂ ਲਾਸਟ ਪਿੰਡ ਮੋਗੇ ਜ਼ਿਲ੍ਹੇ ਦਾ ਮੱਲਾ ਕਲਾਂ ਤੇ ਅੱਗੇ ਜਾ ਕੇ 2-3 ਕਿਲੋਮੀਟਰ ਅੱਗੇ ਮੁਦਕੀ ਜ਼ਿਲ੍ਹਾ ਫਿਰੋਜ਼ਪੁਰ ਚਾਲੂ ਹੋ ਜਾਂਦਾ ਹੈ। ਇੱਕ ਪਾਸੇ ਮੋਗੇ ਜ਼ਿਲ੍ਹੇ ਦੀ ਟੀਮ, ਆ ਦੋਨੋਂ ਹੀ ਮੋਗੇ ਜ਼ਿਲ੍ਹੇ ਦੀ ਟੀਮਾਂ, ਇੱਕ ਪਾਸੇ ਕੱਲਾਂ ਵਾਲੇ ਗੁਆਂਢੀ ਪਿੰਡ ਕਲਕਲਾਂ ਦੇ ਗੱਭਰੂ, ਆ ਦੂਸਰੇ ਪਾਸੇ ਮੱਲੇ ਵਾਲੇ। ਕੱਲਾਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ, ਆ ਸਾਡੇ ਕਲੱਬ ਦੇ ਜਨਰਲ ਸਕੱਤਰ ਸਾਡਾ ਬੱਬੀ ਕਲੇਰ ਜੀ ਕਹਿੰਦੇ ਹਰੇਕ ਪੁਆਇੰਟ ਤੇ 100-100 ਰੁਪਏ ਦਾ ਮਾਨ ਤਾਂ ਜਾਵੇਗਾ। ਕੱਲਾਂ ਵਾਲੇ ਜਾਫੀ ਵੀ ਜਿੰਨੇ ਜੱਫੇ ਲਾਉਣਗੇ, ਕੱਲਾਂ ਵਾਲਾ ਜਾਫੀ ਖੜਾ ਇਸ ਸਾਹਮਣੇ ਸੋਨਾ ਗੱਭਰੂ, ਔਰ ਲਗਾਤਾਰ 2-3 ਸਾਲ ਤੋਂ ਕੈਨੇਡਾ ਵਿੱਚ ਆਪਣੀ ਖੇਡ ਦਾ ਤਕੜਾ ਮੁਜ਼ਾਹਰਾ ਕਰਦਾ ਹੈ। ਲੱਖੇ ਦੀ ਕਬੱਡੀ ਦੀ ਚਰਚਾ ਦੁਨੀਆਂ ਵਿੱਚ ਅਮਰਜੀਤ ਸਿੰਘ ਅੰਬੂ ਨੂੰ ਦੁਨੀਆਂ ਜਾਣਦੀ ਹੈ। ਹੈਲੋ, ਹਾਂਜੀ ਹਾਂਜੀ, ਨਾ ਇਸ ਸਮੇਂ ਮੈਚ ਜਿਹੜਾ ਫਾਈਨਲ ਮੈਚ ਹੈ ਕਬੱਡੀ ਉੱਪਰ ਦੇ ਪਿੰਡ ਪੱਧਰ ਦਾ, 41,000 ਔਰ 31,000 ਦੇ ਲਈ ਦੇਖਦੇ ਵੀ ਇਹ ਦੋਨੋਂ ਹੀ ਟੀਮਾਂ ਦੇ ਖਿਡਾਰੀ ਜਿਹੜਾ ਆਪਣੀ ਜ਼ੋਰ ਅਜਮਾਇਸ਼ ਕਰਨਗੇ। ਨਾਉ ਸਟੇਜ ਵਾਲੇ ਪਾਸੇ ਟੀਮ ਕਲਕਲਾਂ ਦੀ, ਦੂਸਰੇ ਪਾਸੇ ਟੀਮ ਮਾਲੇ ਪਿੰਡ ਦੀ। ਪਹਿਲੀ ਕਬੱਡੀ ਕਹਿੰਦੇ ਵੀ ਦੌਲੀ ਹੈ, ਅਲਕੜਾ ਪਿੰਡ ਹੈ, ਨੌਜਵਾਨ ਘੱਲਾਂ ਵੱਲੋਂ ਕਬੱਡੀ ਪਾ ਰਿਹਾ ਹੈ। ਕਾਂਤੇ ਦੇ ਨਾਲ ਹੋਇਆ ਮੁਕਾਬਲਾ ਤੇ ਪੁਆਇੰਟ ਜਿਹੜਾ ਦੌਲੀ ਅਲਕੜਿਆਂ ਵਾਲੇ ਦਾ। ਅਗਲੀ ਕਬੱਡੀ ਬਘੇਲੇ ਵਾਲਾ ਪਿੰਡ ਹੈ, ਨਾਰਾ ਰਾਮ ਹੈ, ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਹੈ। ਇਧਰਲੇ ਬੰਨੇ ਵੇਖਦੇ ਵੀ 4 ਜਾਫੀ ਹੈ, ਕੌਣ ਗੱਭਰੂ ਜੱਫਾ ਲਾਵੇਗਾ। ਇਧਰਲੇ ਬੰਨੇ ਭਾਈ ਵੀ ਕਬੱਡੀ ਹੈ, 4 ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਨੌਜਵਾਨ ਗੱਭਰੂ ਦਾ। ਕੌਣ ਕਹਿੰਦੇ ਵੀ ਅਮਨਦੀਪ ਬੰਬੂ ਨੇ ਕੋਸ਼ਿਸ਼ ਕੀਤੀ ਪਰ ਮੰਗਲ ਨੇ ਵੀ ਟੈਕ ਲਿਆ, ਡਬਲ ਟੱਚ ਹੈ ਪੁਆਇੰਟ ਜਿਹੜਾ ਧਾਵੀ ਦਾ। ਇਸ ਸਮੇਂ ਨੌਜਵਾਨ ਸੁੱਖ ਦੀ ਕਬੱਡੀ ਤੇ ਗੱਲ ਕਰੇਗਾ ਲੰਘੇ ਨੇ ਪਿੰਡ ਦਾ ਨਿਰਮਲ ਸਿੰਘ ਹਰਦਾਸੇ ਵਾਲੇ ਗੱਭਰੂ ਦੀ ਕਬੱਡੀ ਦੀ। ਲਓ ਸਾਹਮਣੇ ਪਹਿਲਾਂ ਗੱਲ ਕੀਤੀ, ਮੁੰਡੇ ਦੀ ਉਮਰ ਬੜੀ ਛੋਟੀ ਹੈ, ਇਹਦੇ ਪਿਓ ਨੇ ਬੜੀ ਤਕੜੀ ਕਬੱਡੀ ਖੇਡੀ। ਸਰਦਾਰ ਸਾਧੂ ਸਿੰਘ ਨੇ ਕਹਿੰਦੇ ਪਿਓ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨੀਤਾ ਥੋੜਾ ਥੋੜਾ, ਪਿਓ ਪਰ ਪੂਤ, ਪਿਤਾ ਪਰ ਘੋੜਾ। ਕਹਿੰਦੇ ਬੋਰ ਦੀ ਥਾਂ ਬੋਰ ਲੱਗਦਾ ਨੀ ਪਰ ਲਾ ਕੇ ਵਿਖਾਤੇ ਸਰਦਾਰ ਸਾਧੂ ਸਿੰਘ ਨੇ। ਕਹਿੰਦੇ ਰੀਠਿਆਂ ਦੀ ਝਿੱਗ ਤੋਂ ਬਣੇ ਨਾ ਮਿਸ਼ਰੀ, ਨਾ ਹੀ ਅੱਕ ਦਿਆ ਪੱਤਿਆਂ ਤੋਂ ਚਾਹ ਬਣਦੀ, ਬੋਰ ਦੀ ਥਾਂ ਬੋਰ ਯਾਰੋ ਤਾਵਾਂ ਲੱਗਦਾ, ਤੇ ਘੋੜੀ ਖਚਰੇ ਤੋਂ ਵਿਗੜੀ ਬਲਾ ਬਣਦੀ, ਬਿਆੰਤ ਬਰਾੜਾ ਕੇ ਚੱਲੇ ਨਾ ਤੇਰੀ, ਜਿਹੜਾ ਜਿੱਤ ਗਿਆ ਉਹਦੀ ਬੱਲੇ ਬੱਲੇ ਤੇ ਹਾਰੇ ਤਾਂ ਮਿੱਤਰੋ ਸਵਾ ਬਣਦੀ। ਕਹਿੰਦੇ ਬਿਆੰਤ ਬੋਰ ਕਹਿੰਦਾ ਵੀ ਬੋਰ ਤਾਂ ਬੋਰ ਤਾਵਾਂ ਲੱਗਦਾ ਏ, ਔਰ ਸਾਧੂ ਸਿੰਘ ਬਰਾੜ ਨੇ ਬੋਰ ਲਾ ਕੇ ਦਿਖਾਉਣ ਵਾਲੀ ਗੱਲ ਕੀਤੀ। ਅਗਲੀ ਕਬੱਡੀ ਮੱਲੋ ਪਿੰਡ ਵਾਲੇ ਬਲਜੀਤ ਸਿੰਘ ਗੱਭਰੂ ਦੀ ਪੈਂਦੀ ਤੇ 4 ਵੀਰ ਇੱਕ ਨੀ ਤੇ ਸੋਨਾ ਖੜਾ ਏ। ਅੰਬੂ ਕਹਿੰਦਾ ਮੈਨੂੰ ਛੱਡ, ਮੰਗਰ ਕਹਿੰਦਾ ਮੈਨੂੰ ਛੱਡ, ਮੰਗਰ ਕਹਿੰਦਾ ਮੈਂ ਲਾਉਣਾ ਸੰਗਲ। ਆਹ ਦੇਖਦੇ ਵੀ ਕੱਲਾਂ ਵਾਲੇ ਜਾਫੀ ਯਾਰੋ, ਸੋਨਾ ਅੰਬੂ ਲੱਖਾ ਤੇ ਮੰਗਲ ਵੀ ਫੜਦੇ ਹੋਏ।
ਮੰਗਲ ਨੇ ਜਫਾ ਲਾ ਕੇ ਅੰਕ ਕੱਲਾ ਦੀ ਟੀਮ ਦੇ ਹਿੱਸੇ ਜੋੜਤਾ ਹੈ। ਬਾਬੀ ਕਲੇਰ ਜੀ ਕਹਿੰਦੇ ਹਰੇਕ ਪੁਆਇੰਟ ਤੇ 100 ਰੁਪਏ ਦਾ ਮਾਣ ਹੋਵੇਗਾ। ਬੂਟਾ ਬੂਟਾ ਆਲਮਾਲਾ ਬਾਈ ਆਪਣਾ ਸਟੇਜ ਵਾਲਾ ਮਾਈਕ ਲੈ ਕੇ ਸਟੇਜ ਤੇ ਹੋ ਜਾ। ਨਗੀ ਕਲੇਰ ਜੀ 100 ਰੁਪਇਆ ਦੇ ਰਹੇ ਨੇ ਔਰ ਮੰਗਲ ਦੇ ਰਹੇ। ਹਾਂਜੀ ਹਾਂ ਸਟੇਜ ਤੇ ਖੜ ਜਾਓ ਕਿਉਂਕਿ ਇਧਰੋਂ ਵੀ ਫਾਈਨਲ ਮੈਚ ਹੈ। ਖਿਡਾਰੀਆਂ ਦੀ ਜਿਹੜੀ ਹੌਸਲਾ ਅਫਜਾਈ ਸਟੇਜ ਤੋਂ ਆਈ ਉਹ ਤੁਸੀਂ ਇਧਰੋਂ ਅਨਾਊਂਸ ਕਰਨੀ ਹੈ ਜੀ। ਠੀਕ ਹੈ ਜੀ, ਇਧਰਲੇ ਬੰਨੇ ਵੇਖਦੇ ਹੈ ਨਾਰਾ ਭਗੇਲੇ ਵਾਲੇ ਦੀ ਧਰਤੀ ਦਾ ਕਿ ਗਿੱਧੇ ਵਿੱਚ ਪੈਂਦੀ ਹੈ ਛਣਕਾਰ ਜਿਵੇਂ ਵੀ ਵੰਗਾਂ ਦੀ। ਖੇਡ ਕਬੱਡੀ ਖੇਡ ਹੈ ਯਾਰੋ, ਇਹ ਤਾਂ ਮਸਤ ਮਲੰਗਾਂ ਦੀ, ਕਿਸੇ ਨੂੰ ਮਿਲਦਾ ਬੁਲਟ ਸਫਾਰੀ, ਕਿਧਰੇ ਘੋੜਾ ਨਾਲੇ ਚਾਬੀ ਗੱਡੀ ਦੀ, ਤੇ ਗੱਜਣ ਵਾਲੇ ਦਾ ਦਿਲਬਾਗ ਕਰੇ ਅੱਜ ਸਿਫਤ ਕਬੱਡੀ ਦੀ। ਕਹਿੰਦੇ ਵੀ ਅੱਬੂ ਇਸਰੇ ਧਰਮਸੋ ਦਾ ਸਪੁੱਤਰ ਹੈ। ਪੁਆਇੰਟ ਨਾਰਾ ਬਘੇਲੇ ਵਾਲੇ ਦੀ ਧਰਤੀ ਦਾ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਇੱਧਰ ਦੇਖਦੇ ਵੀ ਸਰਦਾਰ ਸਾਧੂ ਸਿੰਘ ਦਾ ਸਪੁੱਤਰ ਹੈ, ਨੌਜਵਾਨ ਹਰਦਾਸੇ ਵਾਲਾ ਕਬੱਡੀ ਪਾ ਰਿਹਾ ਹੈ। ਉੱਧਰ ਸਨੀ ਗਿੱਲ ਜੀ ਕਬੱਡੀ ਮੇਰੀ ਜਿੰਦ ਜਾਨ ਪੇਜ ਵਾਲੇ ਉਹ ਵੀ ਅਪਡੇਟ ਕਰ ਰਹੇ ਨੇ ਅੱਜ ਦੇ ਇਸ ਕਬੱਡੀ ਕੱਪ ਨੂੰ। ਉੱਧਰ ਦਲਵਿੰਦਰ ਧਾਨਾ ਜੀ ਵੈਰੋ ਕੇ ਵਾਲੇ ਪੰਜਾਬ ਲਾਈਵ .com ਦੇ ਜ਼ਰੀਏ ਮੈਚ ਦੇਖ ਰਹੇ ਹੈ। ਸਵਰਨ ਬਰਾੜ ਜੀ ਯੂਕੇ ਵਾਲੇ ਕਹਿੰਦੇ ਵੀ ਮਾਲੇ ਵਾਲੇ ਜਿੰਨੇ ਵੀ ਜੱਫੇ ਲਾਉਂਦੇ ਹੈ ਹਰ ਇੱਕ ਜੱਫੇ ਦਾ 100 ਰੁਪਇਆ ਹੈ। ਇੱਧਰ ਸਾਡੇ ਸਵਰਨ ਬਰਾੜ ਜੀ ਯੂਕੇ ਵਾਲੇ ਵੀ ਕੱਢਣਾ ਰੁਮਾਲ ਦੇ ਗਿਓ, ਆਪ ਬਹਿ ਗਿਓ ਵਲੈਤ ਵਿੱਚ ਜਾ ਕੇ ਕੱਢਣਾ ਰੁਮਾਲ ਦੇ ਗਿਓ। ਕਹਿੰਦੇ ਵੀ ਵਲੈਤਾਂ ਦੀ ਗੱਲ ਹੈ ਪਰ ਇਸ ਸਮੇਂ ਵੇਖਦੇ ਨੌਜਵਾਨ ਗੱਭਰੂ ਲੱਖਾ ਮਾਲੇ ਪਿੰਡ ਦਾ ਕਬੱਡੀ ਪਾ ਰਿਹਾ ਹੈ। ਔਰ ਮੰਗਲ ਕਹਿੰਦੇ ਇਸ ਸਮੇਂ ਕੋਸ਼ਿਸ਼ ਕੀਤੀ ਪਰ ਕੋਈ ਗੱਲ ਲੱਖਾ ਮਾਲਾ ਤਿੰਨ ਰੈਫਰੀ ਖੜੇ ਹੈ ਸੁਨੇ ਵੀਰੇ, ਗੁੱਸਾ ਨੀ ਕਰਨਾ ਪਰ ਲੜਨਾ ਨੀ ਗਾ। ਤਿੰਨ ਰੈਫਰੀ ਇੱਕ ਮਗਰ ਖੜਾ, ਦੋ ਸਾਈਡਾਂ ਤੇ ਖੜੇ ਪਿਆਰ ਦੇ ਨਾਲ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਆ। ਅਗਲੀ ਕਬੱਡੀ ਅਰਕੜੇ ਪਿੰਡ ਵਾਲਾ ਦੌਲੀ ਪਾ ਰਿਹਾ ਹੈ, ਅੱਜ ਕੱਲਾ ਵਾਲੇ ਮੰਗ ਹੋਣਾ ਨੇ ਮੰਗਵਾ ਲੈ ਲਿਆ। ਔਰ ਜਦੋਂ ਸਾਹਮਣੇ ਬਰਨਾਲੇ ਪਿੰਡ ਦਾ ਗਵਾ ਬਰਨਾਲੇ ਜ਼ਿਲ੍ਹੇ ਦਾ ਖਿਡਾਰੀ ਹੈ ਅਰਕੜੇ ਪਿੰਡ ਦੌਲੀ, ਔਰ ਗੁੰਦਿਆ ਸ਼ਰੀਰ ਦੌਲੀ ਦੀ ਸਿਫਤ ਕਰਾ ਹੱਥ ਲਾ ਕੇ ਜਾਤੀ ਨੂੰ ਕਰ ਦਿੰਦਾ ਹੈ ਪਰਾ ਦੌਲੀ ਦੀ ਸਿਰਤ ਔਰ ਸਾਂਭਿਆ ਸ਼ਰੀਰ। ਅਗਲੀ ਕਬੱਡੀ ਫਿਰ ਮਾਲੇ ਵਾਲਾ ਮੁੰਡਾ ਬਲਜੀਤ ਸਿੰਘ ਕਬੱਡੀ ਜੀ ਕਹਿੰਦੇ ਵੀ ਜਿੰਨੇ ਜੱਫੇ ਰਹਿਣਗੇ ਹਰ ਜੱਫੇ ਤੇ ਵੱਡੇ ਮਾਨ 100 ਰੁਪਏ ਦੇ। ਕਹਿੰਦੇ ਜਦੋਂ ਹੋਇਆ ਫਾਈਨਲ ਮੈਚ ਯਾਰ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਲਿਆ ਲਿਆ ਰਿੱਡ ਢਾਏ ਪੱਪੂ ਨੇ ਦੇਖ ਸਰਬਜੀਤ ਸਿਆ ਸਾਰੇ ਜਿਹੜੇ ਨੋਟ ਕਲੇਰ ਨੇ ਵਾਰੇ ਕਰਕੇ ਚਿੱਤ ਕਰਾਰਾਂ ਦਾ ਅੱਜ ਪੁੱਤ ਬੜਾ ਹੀ ਚੇਤੇ ਆਉਂਦਾ। ਹਰਜੀਤ ਬਰਾੜਾਂ ਦਾ ਅੱਜ ਪੁੱਤ ਬੜਾ ਹੀ ਚੇਤੇ ਆਉਂਦਾ ਹਰਜੀਤ ਬਰਾੜਾਂ ਦਾ। ਹਾਂਜੀ ਦਰਬਾਰੀ ਲਓ ਅਗਲੀ ਕਬੱਡੀ ਫਿਰ ਸਾਹਮਣੇ ਦੇਖਦਾ ਵੀ ਨਾਰਾ ਗੱਭਰੂ ਅੱਗੇ ਵੱਧੇ ਪਾਉਣ ਦੇ ਲਈ ਜੱਦੀ ਪਿੰਡ ਭਗੇਲਾ ਆਏ ਪਰ ਅੱਜ ਮੈਂ ਦੇਖਦਾ ਵੀ ਮਾਲੇ ਵਾਲੇ ਗੱਭਰੂਆਂ ਦੇ ਨਾਲ ਰਲ ਕੇ ਤਾਵੇ ਬੋਲਦਾ ਹੈ ਮਾਲੇ ਵਾਲਾ ਗੱਭਰੂ। ਉਧਰ ਕਹਿੰਦੇ ਵੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵਾਲਾ ਸਵਾਦੀ ਵਾਲਾ ਸੋਨੀ ਨਾਲ ਦੌਦਰ ਦਾ ਸੋਨੀ ਵੀ ਕਹਿੰਦੇ ਪੰਜਾਬ ਲਾਈਵ .com ਦੇ ਜ਼ਰੀਏ ਨਾਲ ਵੈਰੂ ਕੇ ਵਾਲਾ ਧਾਨਾ ਹੈ ਇਹਨਾਂ ਮੈਚਾਂ ਨੂੰ ਤੱਕ ਰਹੇ ਹੈ।
ਹਾਂਜੀ ਬਹੁਤ ਧੰਨਵਾਦ ਜੀ ਸਾਡੇ ਵੀਰ ਸਤਿਕਾਰਯੋਗ ਸਾਰੇ ਵੀਰ ਅੱਜ ਪ੍ਰਮੋਟਰ ਜਿਹੜੇ ਔਰ ਵੱਡੇ ਮਾਨ ਤੇਰੇ ਔਰ ਜਤਿੰਦਰ ਸਿੰਘ ਜੀ ਖਾਲਸਾ ਲੰਘਿਆ ਜੱਸਾ ਲੰਘਿਆ ਔਰ ਸਾਡੇ ਵੀਰ ਜਿਹੜਾ ਪਿੰਦਰ ਕੈਨੇਡਾ ਤੇ ਜਗਵਿੰਦਰ ਕੈਨੇਡਾ ਜਿਹਨਾਂ ਨੇ ਦਾਸ ਨੂੰ ਬਹੁਤ ਵੱਡਾ ਮਾਨ ਪਾਏ ਵਾਸ਼ਿੰਗ ਮਸ਼ੀਨ ਉਹ ਵੀ ਇਸ ਨੈਟ ਨੂੰ ਦੇਖ ਰਹੇ ਹੋਏ ਨੇ ਫੋਨ ਆ ਜੀ ਜਗਵਿੰਦਰ ਬਰਾਲ ਲੰਘਿਆ ਤੇ ਪਿੰਦਰ ਬਰਾਲ ਸਾਡੇ ਵੀਰ ਔਰ ਸਾਹਮਣੇ ਦੇਖਦਾ ਨਾ ਰਿਸ਼ਤਾ ਚਰਨਾ ਥੱਲੇ ਕੇ ਵਾਲਾ ਗੱਭਰੂ ਕਮਾਲ ਕਰਦਾ ਔਰ ਵਾਰ ਵਾਰ ਤੌਲਾ ਗਿੱਚੀ ਲਾਲ ਕਰਦਾ ਇਹ ਜੀ ਚਰਨਾ ਥੱਲੇ ਕੇ ਗੁਆਂਢੀ ਪਿੰਡ ਆਪਣਾ ਹੱਦਾਂ ਸਰਹੱਦਾਂ ਆਉਂਦੀ ਹੈ ਕੈਨੇਡਾ ਵਿੱਚ ਵੀ ਖੇਡਿਆ ਤਕੜਾ ਖੇਡ ਦਾ ਨਜ਼ਾਰਾ ਕੀਤਾ ਹੈ ਪੰਜਾਬ ਦੇ ਕਬੱਡੀ ਕੱਪਾਂ ਤੇ ਉਧਰ ਬੱਬੀ ਕਲੇਰ ਜੀ 100 ਰੁਪਇਆ ਚਰਨੇ ਲਈ ਹੈ ਜੀ 100 ਰੁਪਇਆ ਥੱਲੇਕਿਆਂ ਵਾਲੇ ਚਰਨੇ ਦੇ ਲਈ ਹੈ ਇਧਰਲੇ ਬੰਨੇ ਵੇਖਦੇ ਵੀ ਕੈਨੇਡਾ ਵੀ ਕਹਿੰਦੇ ਅਲਬਰਟਾ ਸਟੇਟ ਦੇ ਵਿੱਚ ਕਹਿੰਦੇ ਮਾਨਤਲ ਵੈਲੀ ਦੀ ਟੀਮ ਲਈ ਖੇਡਿਆ ਇਸ ਵੇਲੇ ਦਲਜੀਤ ਸਿੰਘ ਮਾਲੇ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਆਹ ਮੁੰਡੇ ਨੇ ਕਹਿੰਦੇ ਇਸ ਵਾਰ ਸੀਜ਼ਨ ਦੇ 4 ਮੋਟਰਸਾਈਕਲ ਜਿੱਤੇ ਹੈ ਦੌਲੀ ਅਲਕਰੇ ਪਿੰਡ ਦਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਉਧਰਲੇ ਪਾਸੇ ਦੇਖਦੇ ਵੀ 4 ਜਾਫੀ ਕੌਣ ਗੱਭਰੂ ਜੱਫਾ ਲਾਵੇਗਾ ਇਧਰਲੇ ਪਾਸੇ ਵੇਖ ਰਹੇ ਹੈ ਸ਼ੰਮਾ ਮਾਲੇ ਪਿੰਡ ਦਾ ਪਰ ਪੁਆਇੰਟ ਦੌਲੀ ਦਾ ਹੈ ਇਧਰਲੇ ਬੜੇ ਪੁਆਇੰਟ ਜਿਹੜਾ ਘਲਕਲਾ ਦੀ ਟੀਮ ਦਾ ਹੈ ਚੱਲ ਵੀ ਜਵਾਨਾਂ ਨਾਰੇ ਦੀ ਕਬੱਡੀ ਤੇ ਗੱਲ ਕਰੇਗਾ ਲੰਘੇ ਵਾਲੇ ਪਿੰਡ ਦਾ ਨਿਰਮਲ ਲੈ ਸਾਹਮਣੇ ਪਿੰਡ ਦਾ ਗੁਲਬਾਗ ਸਿੰਘ ਮੁੰਡਾ ਨਾਰਾ ਜਦੀ ਪਿੰਡ ਬਗੇਲਾ ਏ ਪਰ ਅੱਜ ਮਾਲੋ ਦੀ ਟੀਮ ਲਈ ਕਬੱਡੀ ਖੇਡ ਰਿਹਾ ਏ ਮਖਸੋਂ ਡੀਬੀ ਦੀ ਟੀਮ ਲਈ ਖੇਡਦਾ ਏ ਅੰਬੀ ਅਥੂਰ ਮੋਗੇ ਦੀ ਟੀਮ ਲਈ ਅੰਬੀ ਅਥੂਰ ਇੰਟਰਨੈਸ਼ਨਲ ਕਲੱਬ ਮੋਗੇ ਦੀ ਟੀਮ ਦਾ ਏ ਤਾਬੀ ਮਖਸੋਂ ਡੀਬੀ ਤੋਂ ਕਬੱਡੀ ਦੀਆਂ ਬਰੀਕੀਆਂ ਸਿੱਖਿਆ ਏ ਆਹ ਸੁੱਖ ਘਾਲੀ ਦਾ ਚੰਗਾਂਦਰੂ ਵਿਖਦਾ ਔਰ ਆਜ਼ਾਦ ਕਬੱਡੀ ਕਲੱਬ ਐਡਮੈਂਟਨ ਕਲਕਲਾਂ ਦੀ ਟੀਮ ਦੇ ਲਈ ਔਰ ਖੇਡਣ ਵਾਲਾ ਗੱਭਰੂ ਆਹ ਸਰਤਾ ਅਮਰਜੀਤ ਸਿੰਘ ਅੰਬੂ ਟੀਮ ਦੀ ਕੰਧ ਬਣ ਗਿਆ ਬੱਲੇ 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 ਹੋ ਗਈ ਗੱਭਰੂ ਦਲੇਰਾਂ ਦੀ ਆ ਖੇਡ ਹੈ ਕਬੱਡੀ ਮਾਂ ਦੇ ਬੱਬੇ ਦਲੇਰਾਂ ਦੀ ਬੱਲੇ ਬੱਲੇ ਹੁੰਦੀ ਗੱਭਰੂ ਦਲੇਰਾਂ ਦੀ ਆ ਦੇਖੋ ਅੱਜ ਬੱਲੇ ਬੱਲੇ ਹੁੰਦੀ ਆ ਖੇਡ ਦੇ ਮੈਦਾਨ ਵਿੱਚ ਅਗਲੀ ਕਬੱਡੀ ਔਰ ਬਰਨਾਲਾ ਜ਼ਿਲ੍ਹਾ ਔਰ ਅਲਕਰੇ ਪਿੰਡ ਜਸਵੀਰ ਦਾ ਪਿੰਡ ਹੈ ਦੁਨੀਆ ਦਾ ਮਸ਼ਹੂਰ ਜਾਫੀ ਔਰ ਕਲਵੰਤ ਸਿੰਘ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਜਫਾ ਨਹੀਂ ਲਾ ਸਕਿਆ ਅੰਕ ਦੌਲੀ ਅਲਕਰਿਆਂ ਵਾਲਾ ਕੱਲਾ ਦੀ ਟੀਮ ਦੇ ਹਿੱਸੇ ਅੰਕ ਜੋੜਦਾ ਹੈ ਦਰਬਾਰ ਜੀ ਮੈਚ ਸਮਾਪਤ ਦਰਸ਼ਕ ਵੀਰੋ ਇੱਕ ਬੇਨਤੀ ਹੈ ਤੁਸੀਂ ਸੁਬਾਹ ਤੋਂ ਲੈ ਕੇ ਇਹਨਾਂ ਮੈਚਾਂ ਦੇ ਨਜ਼ਾਰੇ ਤੱਕ ਇੱਕ ਵਾਰੀ ਯਾਰ ਆਪਣੇ ਨਾਂ ਤੇ ਤਾੜੀ ਮਾਰ ਲਓ ਹਾਂ ਜਿਹੜਾ ਕਬੱਡੀ ਆ ਪਿਆਰ ਕਰਦੇ ਹੋ ਤੁਸੀਂ ਇਹਨਾਂ ਸੁਬਾਹ ਤੋਂ ਸਾਥ ਦਿੱਤਾ ਹੈ ਇੱਕ ਪ੍ਰਬੰਧਕਾਂ ਦੇ ਨਾਂ ਤੇ ਜ਼ੋਰਦਾਰ ਇੱਕ ਪ੍ਰਬੰਧਕਾਂ ਦੇ ਨਾਂ ਤੇ ਤਾੜੀ ਮਾਰ ਲਓ ਜਿਨ੍ਹਾਂ ਨੇ ਖੇਡ ਮੇਲਾ ਕਰਾਏ ਆਕਾਸ਼ ਸਰਜੂਤ ਕਲੱਬ ਦੇ ਸਾਰੇ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਬਾਦ ਅੱਜ ਦਾ ਇਹ ਫਾਈਨਲ ਮੈਚ ਹੋ ਨਿਬੜਿਆ ਏ ਅੱਜ ਦੇ ਇਸ ਟੂਰਨਾਮੈਂਟ ਦੀ ਮੁਬਾਰਕਬਾਦ ਸਾਰੇ ਵੀਰਾਂ ਨੂੰ ਕੋਈ ਗੱਲ ਨਹੀਂ ਰਿਜ਼ਲਟ ਬੋਲਦੇ ਆਪਾਂ ਸਾਰੇ ਰਿਜ਼ਲਟ ਸੁਣ ਕੇ ਜਾਇਓ ਜੀ ਇਸ ਮੈਚ ਚੋਂ ਮਾਲੇ ਕਲਾਂ ਦੀ ਟੀਮ ਦੇ ਪੁਆਇੰਟ 7 ਪੁਆਇੰਟ ਮਾਲੇ ਕਲਾਂ ਦੀ ਟੀਮ ਦੇ ਆ ਘਲ ਕਲਾਂ ਦੇ ਸਾਡੇ 10 ਪੁਆਇੰਟ ਹੈ ਜੀ ਕਾਲਕਲਾ ਫਾਸਟ ਹਾਂਜੀ ਔਰ ਮਾਲਾ ਕਲਾਂ ਸੈਕੰਡ ਦੋਨੋਂ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ
ਔਰ ਮਾਲੇ ਦੇ ਪੁਆਇੰਟ 7 ਤੇ ਕਲਾਕਾਂ ਦੀ ਟੀਮ ਦੇ ਪੁਆਇੰਟ 10.5 ਪੁਆਇੰਟ ਲੈ ਕੇ ਅੱਜ ਇਸ ਮੇਲੇ ਦੀ ਵਿਨਰ ਰਹੀ ਟੀਮ, ਪਹਿਲੇ ਨੰਬਰ ਦੀ ਟੀਮ ਜਿਹੜੀ ਆ 41,000 ਤੇ ਕਬਜ਼ਾ ਕੀਤਾ ਹੈ ਕਲਾਂ ਦੀ ਟੀਮ ਨੇ, ਔਰ ਦੂਜੇ ਨੰਬਰ ਤੇ 31,000 ਰੁਪਇਆ ਮਾਲਾ ਕਲਾਂ ਤੇ ਵੈਸਟ ਇੰਡੀ ਜਾਫੀ ਦਾ ਪ੍ਰਜਾਤ ਕੱਢਦੇ ਹੈ। ਲੱਖ ਲੱਖ ਮੁਬਾਰਕਬਾਦ ਦੋਨੋਂ ਟੀਮਾਂ ਨੂੰ, ਅਕਾਲਸਰ ਯੂਥ ਕਲੱਬ ਦੇ ਸਾਰੇ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਪੂਰੀ ਆਰਥਿਕ ਮਿਹਨਤ ਕੀਤੀ ਹੈ, ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੀ। ਅਗਲੀ ਆਪਾਂ ਸਟੇਜ ਤੋਂ ਕਾਰਵਾਈ ਚਾਲੂ ਕਰਾਂਗੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਔਰ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਬਹੁਤ ਵੱਡਾ ਨਾਂ ਹੈ ਦਵਿੰਦਰ ਰਾਣੀਆ ਜੀ, ਉਹ ਲੰਮੇ ਸਮੇਂ ਤੋਂ ਸਾਡੇ ਕੋਲੇ ਹਾਜ਼ਰੀ ਭਰੀ, ਮੈਂ ਸਾਰੀ ਕਲੱਬ ਵੱਲੋਂ ਧੰਨਵਾਦ ਕਰਦਾ। ਸਾਰਾ ਮੈਚ ਦੇਖਿਆ ਹੈ ਔਰ ਉਹਨਾਂ ਦੇ ਨਾਲ ਹੋਰ ਵੀ ਸਾਰੀਆਂ ਸਰਕਾਰ ਦੇ ਸ਼ਖਸੀਅਤਾਂ, ਹੋਰ ਵੀ ਨਗਰ ਦੇ ਮਹਾਨ ਸ਼ਖਸੀਅਤਾਂ ਸਾਡੇ ਇਹਨਾਂ ਦੇ ਵੀਰ ਬੈਠੇ ਨੇ। ਰਾਮ ਸਿੰਘ ਜੀ ਬਹੁਤ ਵੱਡਾ ਅੰਕਲ ਜੀ ਸਹਿਯੋਗ ਦਿੱਤਾ ਹੈ, 800 ਰੁਪਇਆ ਉੱਥੇ ਸੁਬਾਹ ਤੋਂ ਲੈ ਕੇ ਭਰਮੀ ਹਾਜ਼ਰੀ ਦਵਿੰਦਰ ਰਾਣੀਆ ਜੀ, ਹਰਿਮੰਦਰ ਸ਼ਕਤਰ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਔਰ ਵੱਡਾ ਮਾਣ ਔਰ ਦਰਬਾਰ ਦਾ ਗਿਲ ਲੱਕੀ ਭਰਮੀ ਹਾਜ਼ਰੀ, ਬਹੁਤ ਧੰਨਵਾਦ ਜੀ। ਹਾਂਜੀ ਨਿਰਮਲ ਜੀ, ਬੈਸਟ ਰੇਡਰ ਤੇ ਬੈਸਟ ਜਾਫੀ ਜਿਹੜੇ ਐਲਾਨੇ ਗਏ ਹੈ ਅੱਜ ਦੇ ਇਸ ਖੇਡ ਮੇਲੇ ਦਾ, ਬੈਸਟ ਰੇਡਰ ਹੈ ਦੌਲੀ ਅਰਕੜਿਆਂ ਵਾਲਾ, ਜ਼ੋਰਦਾਰ ਤਾੜੀਆਂ। ਹਾਂਜੀ ਸੋ ਧੰਨਵਾਦ ਜੀ, ਲੰਮਾ ਸਮਾਂ ਹਾਜ਼ਰੀ ਭਰੀ, ਬੈਸਟ ਜਾਫੀ ਜਿਹੜਾ ਚਰਨਾ ਧੱਲੇ ਕੇ, ਵਾਹ ਜੀ ਵਾਹ, ਮਾਰ ਦੋ ਤਾੜੀਆਂ ਜੀ ਚਰਨੇ ਦੇ ਨਾਂ ਤੇ। ਅੱਜ ਬੈਸਟ ਰੇਡਰ ਦੌਲੀ ਅਰਕੜਾ, ਬੈਸਟ ਜਾਫੀ ਚਰਨਾ ਧੱਲੇ ਕੇ। ਹਾਂਜੀ ਸੋ ਅੱਜ ਦੇ ਇਸ ਖੇਡ ਮੇਲੇ ਦੀ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਕਲਕਲਾ, ਪਹਿਲਾਂ 70 ਕਿਲੋ ਨਾਮ ਦਿਓ ਜੀ। ਅੱਛਾ ਮੁੰਡਾ ਅਮਰੂ ਜਨੇਤਪੁਰੀਆ ਜੀ, ਦੁਨੀਆ ਦਾ ਮਸ਼ਹੂਰ ਜਾਫੀ ਹੈ, ਔਰ ਕੈਨੇਡਾ ਵੀ ਖੇਡਿਆ ਮੁੰਡਾ, ਅਮਰੀਕਾ ਵੀ ਜੀ, ਵੱਡੇ ਵਰਖਾ ਵਿੱਚ ਬਹੁਤ ਕਬੱਡੀ ਦੀ ਖੇਡ ਵਿੱਚ ਵੱਡਾ ਨਾਂ ਸੀ ਤਾਂ ਅਮਰੂ ਜਨੇਤਪੁਰੀ ਆਇਆ, ਅੰਤਰਰਾਸ਼ਟਰੀ ਕਬੱਡੀ ਖੇਡ ਦਾ ਵਿਸ਼ੇਸ਼ ਸਨਮਾਨ ਜੀ ਹੋ ਰਿਹਾ। ਆਓ ਜੀ ਮਾਲੇ ਵਾਲੇ ਦੋ ਜਾਫੀਆਂ ਜੀ ਦਫਾ ਲਾਇਆ, ਛੇ ਵਣੀ ਪੈਸੇ ਲੈ ਜਾਣਾ ਅੱਗੇ, ਦੋਨਾਂ ਨੂੰ ਬੇਨਤੀ ਜਿਹਨਾਂ ਨੇ ਦੋ ਜਾਫੇ ਲਾਏ ਆ। ਸਵਰਨ ਬਰਾੜ ਜੀ ਵੱਲੋਂ ਯੂਕੇ ਵਾਲਾ ਸਾਡਾ ਵੀ ਪਹੁੰਚਿਆ ਹੈ, ਉਹਦੇ ਵੱਲੋਂ 200 ਰੁਪਇਆ ਪਹੁੰਚਿਆ ਹੈ। ਮਾਲੇ ਵਾਲੇ ਗੱਭਰੂ ਪੈਸੇ ਲੈ ਜਾਣੇ, ਜਿਨ੍ਹਾਂ ਨੇ ਪਹਿਲਾ ਨਾਮ ਲਓ ਜੀ, ਸੈਕਿੰਡ ਪਹਿਲਾ ਨਾਮ ਲਓ, ਸੈਕਿੰਡ ਵਾਲੀਆਂ ਦੋਨੋਂ ਟੀਮਾਂ ਅੱਗੇ ਆ ਜਾਓ, ਪਹਿਲਾਂ ਸੈਕਿੰਡ ਨਾਮ ਦੇਣਾ ਜੀ। 15,000 ਰੁਪਇਆ ਪਲੱਸ 70 ਨੂੰ ਦਿਓ ਜੀ ਬੱਬੀ ਗਰੇਰ ਜੀ, ਪਹਿਲਾਂ 70 ਕਿਲੋ ਦਾ ਨਾਮ ਜਿਹੜਾ ਅਕਾਲਸਰ ਯੂਥ ਕਲੱਬ ਵੱਲੋਂ ਦਿੱਤਾ ਜਾ ਰਿਹਾ ਹੈ। 70 ਕਿਲੋ 21,000 ਰੁਪਇਆ ਤੇ ਪਲੱਸ ਟਰਾਫੀ ਦੇ ਕੇ ਵਿਸ਼ੇਸ਼ ਸਨਮਾਨ ਅੱਜ ਦੇ ਇਸ ਨਾਮਵਰ ਦਾ ਸਮਰੋਹ। ਹਾਂਜੀ ਸਵਰਨ ਬਰਾੜ ਜੀ ਯੂਕੇ ਵਾਲੇ ਉਹ ਵੀ ਇੱਥੇ ਆ ਜਾਣ ਜੀ। ਸੋ ਪਹਿਲਾ ਨਾਮ ਦੇ ਰਹੇ ਨੇ ਦਵਿੰਦਰ ਰਣੀਆ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਬਹੁਤ ਵੱਡਾ ਨਾਂ, ਪੈਸੇ ਲੈ ਜੀ ਪੈਸੇ, ਆ ਦੂਜਾ ਨਾਮ ਦਿਓ ਇੱਕ ਮਿੰਟ, ਆਓ ਜੀ ਦੂਜੇ ਨੰਬਰ ਦੀ ਟੀਮ ਆਓ ਜੀ, ਦੂਜਾ ਨਾਮ 15,000 ਰੁਪਇਆ, ਹਾਂ ਦੂਜਾ ਨਾਮ ਲਾਓ 70 ਵਾਲੇ ਜੀ, ਦੂਜਾ ਨਾਮ ਜਿਹੜਾ
ਮੋਗਾ ਜੀ, ਮੋਗੇ ਵਾਲੇ ਦੂਜੇ ਨੰਬਰ ਤੇ ਆਏ ਜਿਹੜੇ ਖਿਡਾਰੀ ਆ ਅਕਾਲ ਸਰ ਮੋਗੇ ਟੀਮ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ, ਪਾਲੀ ਹੁਣਾਂ ਨੇ, ਕਾਲੇ ਹੁਣਾਂ ਨੇ, ਸਾਡੇ ਵੀਰ ਸਾਹਿਬੀ ਹੁਣਾਂ ਨੇ, ਆਓ ਜੀ ਨਾਮ ਲੈਣਗੇ। ਪਹਿਲੇ ਨੰਬਰ ਤੇ ਪਹੁੰਚੀ ਟੀਮ ਜਿਹੜੀ ਬਹੁਤ ਵਧੀਆ ਮੈਚ ਦਿਖਾਏ, 15,000 ਰੁਪਇਆ ਤੇ ਪਲੱਸ ਟਰਾਫੀ ਦੇ ਕੇ ਸਾਰੇ ਕਲੱਬ ਵਾਲੇ ਨੁਮਾਇੰਦੇ ਦੇ ਰਹੇ ਨੇ, ਬਹੁਤ ਧੰਨਵਾਦ ਜੀ। 70 ਦਾ ਬੈਸਟ ਰੇਡਰ ਆਓ ਜੀ, ਕਰਨੀ ਭਾਈ ਰੂਪਾ ਜੀ, ਕਰਨੀ ਭਾਈ ਰੂਪਾ ਬੈਸਟ ਰੇਡਰ ਜੀ, 70 ਕਿਲੋ ਵਰਗ ਦਾ ਬੈਸਟ ਰੇਡਰ ਕਰਨੀ ਭਾਈ ਰੂਪਾ ਤੇ ਸੋਹਣਾ ਜਲਾਲਾ ਵਧੀਆ। ਚੱਲ ਵੀਰ ਤੁਸੀਂ ਅੱਗੇ ਚੱਲ, ਉੱਥੋਂ ਦੇ ਰਹਿੰਦੇ ਪਹਿਲਾਂ ਕਰਨੀ ਪਹੁੰਚੇ ਜੀ, ਔਰ 200 ਰੁਪਇਆ ਮਾਲੇ ਵਾਲੇ ਗੱਭਰੂ ਮੇਰੇ ਕੋਲ ਫੜਨ ਜਾ ਕੇ ਨਿਰਮਲ ਲੰਘਿਆ। ਆਓ ਜੀ ਕਰਨੀ ਭਾਈ ਰੂਪਾ, ਇਹ ਅੱਜ ਦੇ ਬੈਸਟ ਰੇਡਰ ਜੀ, ਠੀਕ ਆ ਵੀ ਠੀਕ ਆ ਜਾਏ ਠੀਕ ਆ। ਅੱਜ ਇਸ ਮੇਲੇ ਦਾ 3100 ਰੁਪਇਆ ਤੇ ਪਲੱਸ ਟਰਾਫੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਅੱਜ ਇਸ ਮੇਲੇ ਚੋਂ। ਹਾਂ ਸਾਹਮਣੇ ਕਰ, ਐਂ ਕਰ ਜੀ, ਉੱਪਰ ਕਰ ਲਾ, ਕਰਨੀ ਮਾੜਾ ਨਾ ਉੱਤੇ ਕਰ ਲਾ, ਬਸ ਠੀਕ ਆ ਇੱਥੇ। 3100 ਰੁਪਇਆ ਤੇ ਪਲੱਸ ਟਰਾਫੀ ਦੇ ਕੇ ਕਰਨੀ ਭਾਈ ਰੂਪਾ। ਆਓ ਜੀ ਦੂਜਾ ਜਿਹੜਾ ਜਾਫੀ, ਸੋਹਣਾ ਜਲਾਲਾ ਵਧੀਆ, ਇੱਕ ਮਿੰਟ ਜੀ ਇਹਦਾ ਕੰਮ ਨਿਬੇੜੀ, ਸੋਹਣਾ ਜਲਾਲਾ ਵਧੀਆ, 3100 ਰੁਪਇਆ ਤੇ ਪਲੱਸ ਟਰਾਫੀ ਦੇ ਕੇ ਖਿਡਾਰੀ ਜਿਹੜਾ ਵਧੀਆ ਖਿਡਾਰੀ, ਜਿਹੜੀ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਊ, ਕਿਸ ਕਿਸ ਦੀਆਂ ਹੋਣਗੀਆਂ ਆਸਾਂ ਅੱਜ ਪੂਰੀਆਂ। ਆਹ ਦੇਖਦੇ ਵੀ ਵਧੀਆ ਖਿਡਾਰੀ ਦਾ ਖਿਤਾਬ ਜਿਹੜਾ ਸੋਹਣੇ ਦੇ ਹਿੱਸੇ ਆਇਆ ਜਲਾਲਾ ਵਧੀਆ ਦੇ, ਔਰ 70 ਕਿਲੋ ਦਾ ਬੈਸਟ ਜਾਫੀ ਗਿਆ ਹੋਏ ਅੱਜ ਦੇ ਸਟੇਡ ਮੇਲੇ ਦਾ। ਆਓ ਜੀ ਕਬੱਡੀ ਓਪਨ ਦੀਆਂ ਟੀਮਾਂ ਪਹੁੰਚੋ, ਕਬੱਡੀ ਓਪਨ ਦੀਆਂ ਟੀਮਾਂ ਕਲਾ ਵਾਲੇ ਆਓ ਵੀਰੇ, ਆਓ ਜੀ ਕਬੱਡੀ ਓਪਨ ਦਾ ਪਹਿਲਾ ਨਾਮ ਜਿਹਾ ਬੈਸਟ ਜੀ, ਬੈਸਟ ਜੀ ਬੈਟ ਰੇਟ ਦਾ ਕਰੋ ਜੀ ਸਨਮਾਨ। ਤੁਸੀਂ ਪਹਿਲਾਂ ਬੈਟ ਰੇਟ ਦਾ ਅੱਜ ਇਸ ਖੇਡ ਮੇਲੇ ਦਾ ਸਾਡਾ ਵੀਰ ਦੌਲੀ ਅਲਕਲੇ ਪਿੰਡ ਵਾਲਾ ਜੀ, ਬਹੁਤ ਸੋਹਣਾ ਖੇਡ ਮੇਲਾ ਹੋ ਨਿਬੜਿਆ ਹੈ, ਸਾਰੇ ਨਗਰ ਵਾਸੀਆਂ ਨੂੰ ਮੁਬਾਰਕਬਾਦ, ਸ਼ਹਿਰ ਵਾਸੀਆਂ ਨੂੰ। ਆਓ ਜੀ ਆਓ ਇੱਧਰ ਨੂੰ ਕਰ ਲਓ ਕੁਰਸੀ, ਕੋਈ ਗੱਲ ਨਹੀਂ। ਦੌਲੀ ਅਲਕੜੇ ਪਿੰਡ 5100 ਰੁਪਇਆ ਤੇ ਪਲੱਸ ਟਰਾਫੀ ਐਤਕੀ ਵਾਰੇ ਦੀ ਰਣੀਆ ਸਾਹਿਬ, ਇਸ ਮੁੰਡੇ ਨੇ 4 ਮੋਟਰਸਾਈਕਲ ਜਿੱਤੇ ਆ ਜੀ ਬੈਕ ਟ੍ਰੇਡਰ ਦੇ। ਔਰ ਫਨਲੈਂਡ ਹੋਟਲ ਵਾਲੇ ਉਹਨਾਂ ਨੂੰ ਕਹਿੰਦੇ ਜੀ ਆਪਾਂ ਬੱਬੀ ਕਲੇਰ ਜੀ ਆਪੀਆਂ, ਆਹ ਮੰਗੀ ਕਲੇਰ ਪਹੁੰਚੇ ਜੀ, ਮੰਗੀ ਕਲੇਰ ਵੀ 5100 ਰੁਪਇਆ ਤੇ ਪਲੱਸ ਟਰਾਫੀ ਐਤਕੀ ਵਾਰੇ ਇਸ ਮੁੰਡੇ ਨੇ ਪੰਜਾਬ ਦੇ ਕਬੱਡੀ ਕੱਪਾਂ ਚ ਬਹੁਤ ਤਕੜਾ ਮਜ਼ਾਰਾ ਕੀਤਾ ਹੈ, 4 ਮੋਟਰਸਾਈਕਲ ਜਿੱਤੇ ਜੀ ਬੈਸਟ ਜਾਫੀ ਦੇ ਰੇਡਰ ਦੇ, ਰਿਕਾਰਡ ਤੋੜਿਆ ਇਸ ਮੁੰਡੇ ਨੇ, ਔਰ 5 ਮੋਟਰਸਾਈਕਲ ਸ਼ਕਦਰ ਮਾੜੀ ਵਾਲੇ ਨੇ, ਅਲਕੜੇ ਪਿੰਡ ਆ ਜੀ ਮੁੰਡਿਆ, ਬਰਨਾਲਾ ਜ਼ਿਲ੍ਹਾ ਅਲਕੜੇ ਪਿੰਡ, ਆਹ ਆਪਣਾ ਗੁਆਂਢੀ ਮੁੰਡਾ ਜੀ ਚਰਨਾ ਭੱਲੇ ਵਾਲਾ, ਬਹੁਤ ਤਕੜਾ ਜਾਫੀ ਹੈ, ਇੱਥੇ ਬਹਿ ਜਾਂਦੇ ਵਧੀਆ ਫੋਟੋ ਆਊਗੀ, ਵਧੀਆ ਵਧੀਆ ਫੋਟੋ ਆਊਗੀ, 5100 ਰੁਪਇਆ ਤੇ ਪਲੱਸ ਟਰਾਫੀ ਔਰ ਦੇ ਰਹੇ ਨੇ ਥਾਈਲੈਂਡ ਹੋਟਲ ਵਾਲੇ, ਇਹਨਾਂ ਦਾ ਵੀ ਧੰਨਵਾਦ ਜੀ, 5100 ਚਰਨਾ ਭੱਲੇ ਕੇ ਆਪਣੇ ਇਲਾਕੇ ਦਾ ਖਿਡਾਰੀ, ਕੈਨੇਡਾ ਵਿੱਚ ਵੀ ਖੇਡਿਆ ਮੁੰਡਾ, ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਪੰਜਾਬ ਦੇ ਕਬੱਡੀ ਕੱਪਾਂ ਦਾ ਜੀ, ਬੱਲੇ ਬੱਲੇ ਕਰਵਾਈ ਹੈ। ਆਓ ਜੀ ਨਾਮ ਵੀ ਹੁੰਦਾ ਜੋਗਾ, ਹਾਂਜੀ ਦਰਬਾਰ ਗਿੱਲ ਲੱਕੀ ਜੀ, ਜੋ ਸੁਬਾਹ ਤੋਂ ਭਰਮੀ ਹਾਜ਼ਰੀ ਤੁਹਾਡੀ, ਕੱਲ੍ਹ ਤੋਂ ਵੀ ਬਹੁਤ ਧੰਨਵਾਦ ਆ, ਕੀਮਤੀ ਸਮਾਂ ਛੱਡ ਕੇ ਬੈਠੇ ਆ ਅਸੀਂ ਰਣੀਆ ਸਾਹਿਬ, ਧੰਨਵਾਦ ਕਰਦੇ ਹੋ ਇੰਨੀ ਭਰਮੀ ਹਾਜ਼ਰੀ ਨਾਲ ਖੁੱਲ੍ਹਾ ਸਮਾਂ ਕੱਢਿਆ ਸਾਡੇ ਆਪਦੇ, ਤੁਸੀਂ ਬਹੁਤ ਧੰਨਵਾਦ ਜੀ। ਸੁੱਕਾ ਜੀ ਇਹਨਾਂ ਕਬੱਡੀ ਕੋਚ ਜੀ, ਔਰ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦੇ ਕੋਚ ਜੀ,
ਸੁੱਖ ਘਾਲੀ ਜੀ ਜੁੜੀ ਹੈ ਨਾਲ ਜੀ। ਹਾਂ ਐਤਕੀ ਵੀਰੇ ਮੰਗਲ ਕਲਾ ਵਾਲਾ ਵੀ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡ ਦਾ ਮਜ਼ਾ ਕਰੇਗਾ ਸੋਨਾ ਕਾਲੀ। ਹਾਂ ਸੋ ਅੱਜ ਦੇ ਇਸ ਖੇਡ ਮੇਲੇ ਦੀ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਵਿਨਰ ਟੀਮ ਆ ਜੀ। 41,000 ਰੁਪਇਆ ਪਲੱਸ ਟਰਾਫੀ ਦੇ ਕੇ ਅੱਜ ਦੇ ਨਾਮਰ ਸਮੂਹ ਨੂੰ ਦਵਿੰਦਰ ਰਣੀਆ ਜੀ ਔਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੌਰਥ ਅਮਰੀਕਾ ਔਰ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਨੇ ਔਰ ਸੁਖਾਲੀ ਜੀ ਪੁੱਜੇ ਨੇ ਕਬੱਡੀ ਕੋਚ। 41,000 ਰੁਪਇਆ ਪਲੱਸ ਟਰਾਫੀ। ਆਓ ਜੀ ਦੂਜੇ ਨੰਬਰ ਤੇ ਮਾਲਾ ਅਕਲਾ ਲਖਾ ਮਾਲੇ ਵਾਲਾ ਵਧੀਆ ਧਾਵੀ ਹੈ, ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਜੀ, ਧੰਨਵਾਦ ਮੇਰੇ ਵੀਰਾਂ ਦਾ। ਹਾਂਜੀ ਕਾਂਤਾ ਬਹੁਤ ਵਧੀਆ ਖਿਡਾਰੀ ਹੈ, ਸ਼ਮਾ ਆਓ ਜੀ ਸੈਕਿੰਡ ਰਹਿਣ ਵਾਲੀ ਟੀਮ ਜਿਹੜੀ ਹੈ ਮਾਲੇ ਕਲਾਂ ਦੀ ਟੀਮ ਜਿਹੜੀ ਹੈ 31,000 ਰੁਪਇਆ ਪਲੱਸ ਟਰਾਫੀ ਤੇ ਚਰਨਾ ਭੱਲੇ ਕਾਲਾ ਅੱਜ ਦੇ ਇਸ ਮੇਲੇ ਦਾ ਵਿਸ਼ਟ ਜਾਫੀ ਗਿਣਿਆ ਗਿਆ ਜੀ ਔਰ ਬਹੁਤ ਸੋਹਣੇ ਜੱਫੇ ਲਾ ਕੇ ਚਰਨਾ ਭੱਲੇ ਕਾਲੇ ਨੇ ਖੇਡ ਵਿਖਾਈ ਹੈ ਔਰ ਸਾਡੇ ਵੀ ਨਾਅਰੇ ਹੋਣਾ ਨੇ ਔਰ ਕਰਤੇ ਹੋਣਾ ਨੇ ਸ਼ੰਮੇ ਹੋਣਾ ਸਾਰਾ ਵੀ ਉਹਨਾਂ ਲੱਖੇ ਵਰਗੇ ਖਿਡਾਰੀਆਂ ਦਾ ਬਹੁਤ ਧੰਨਵਾਦ ਜੀ। ਔਰ ਜਿੰਨੇ ਵੀ ਸਾਡੇ ਖਿਡਾਰੀ ਵੀਰ ਪੁੱਜੇ ਨੇ ਸਾਰਿਆਂ ਦਾ ਬਹੁਤ ਧੰਨਵਾਦ।